ਦਲਜੀਤ ਸਿੰਘ ਜੀ ਕੈਨੇਡਾ ਵਾਲੇ, ਇਹਨਾਂ ਬੋਲਾਂ ਦੇ ਲਈ ਵੱਡੇ ਮਾਨ ਸਨਮਾਨ ਪੁੱਜਦੇ ਕਰਦੇ ਆ, ਬਹੁਤ ਬਹੁਤ ਧੰਨਵਾਦ ਹੈ। ਸਾਡੇ ਗੁਰਜਿੰਦਰ ਸਿੰਘ ਜੀ ਕੈਨੇਡਾ, ਗਿੰਦੀ ਕਿੰਦੀ ਕੈਨੇਡਾ, ਉਹਨਾਂ ਦੇ ਭਰਾ ਭਗਵਾਨ ਸਿੰਘ ਜੀ ਉਹਨਾਂ ਵੱਲੋਂ ਕਿਹਨੇ ਲਾਇਆ ਜੱਗੀ ਦੇ ਨੰਬਰਾਂ ਦੇ ਉੱਤੇ ਵੀਰਾ ਕਹਿੰਦਾ ਜੈਲੀ ਕਿੱਥੇ ਬੈਠਾ ਹੈ ਬਈ, ਮੇਰੀ ਬੇਨਤੀ ਆ ਕਿਵੇਂ ਜੈਲੀ ਵੀ ਅੱਜ ਆਇਆ ਸੀਗਾ। ਬਿੱਲੂ ਸਪੇਨ ਵੱਲੋਂ ਲਵੀ ਦੇ ਲਈ ਵੱਡੇ ਮਾਣ ਪੁੱਜਦੇ ਹੋਏ ਆ। ਬਿੱਲੂ ਸਾਡਾ ਭਰਾ ਸਪੇਨ ਦੇ ਵਿੱਚ ਰਹਿੰਦਾ, ਗੁਰਤੇਜ ਬਾਈ ਕਹਿੰਦਾ ਵੀ ਬੇਨੜੇ ਵਾਲੇ ਜੱਗੀ ਦੇ ਪੁਆਇੰਟਾਂ ਦੇ ਵੱਡੇ ਮਾਣ ਦੇਣੇ ਆ। ਲਓ ਦੇਖੋ ਸਾਹਮਣੇ ਬੱਬੂ ਦੀ ਰੋਡ ਤੇ ਕਹਿੰਦੇ ਜਿਹੜਾ ਪਿੰਡ ਹੈ ਕਾਕਾ ਨਾਮ ਭੱਲੇ ਵੱਲੇ ਹੋਈ ਜਾਂਦੀ ਹੈ। ਬੱਬੂ ਵਾਪਸ ਆ ਗਿਆ ਹੈ ਜਸ਼ਨ ਕਰਵੀ ਵੱਲ। ਹੈਪੀ ਹੈਪੀ ਕਕਰਾਲਾ ਤੂੰ ਇੱਧਰ ਆ ਜਾ, ਪੈਸੇ ਨਾਲ ਹੁੰਦੇ ਇੱਧਰ ਆ ਜਾ, ਫਿਰ ਬਾਅਦ ਦੇ ਵਿੱਚ ਤੁਸੀਂ ਕਹੋਗੇ ਪੈਸੇ ਰਹਿ ਗਏ ਸਾਡੇ, ਹੈਪੀ ਵਿਹਲੇ ਹੀ ਆ, ਤੂੰ ਇੱਧਰ ਆ ਜਾ। ਲੱਕੀ ਤੂੰ ਆ ਜਾ, ਚੱਲ ਲਿਆ ਲੱਕੀ, ਇੱਕ ਜਣ ਨੂੰ ਭੇਜ ਦੋ, ਤੂੰ ਆ ਜਾ, ਕੋਈ ਵੀ ਆ ਜਾ, ਇੱਕ ਪਲੇਅਰ ਕਕਰਾਲੇ ਦਾ ਜ਼ਰੂਰ ਆਉਂਦਾ। ਗੁਰਤੇਜ ਬਾਈ ਵੱਲੋਂ ਵੱਡੇ ਮਾਣ ਦਿੱਤੇ ਜਾਣਗੇ। ਔਰ ਕਿਵੇਂ ਜੱਗੀ ਢੋਲੋ ਬੇਰੜੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੈ। ਉਧਰ ਬਿੱਲੂ ਸਪੇਨ ਜੀ ਉਹਨਾਂ ਵੱਲੋਂ ਵੀ ਵੱਡੇ ਮਾਣ ਹੋਣਗੇ। ਕਾਫੀ ਚਾਰ ਨੇ, ਇੱਕ ਨੇ ਕਿਹੜੇ ਟਰਾਈ ਕੀਤੀ ਮੇਰੇ ਮਿੱਤਰੋ, ਤੇ ਬਿਨਾ ਪਿੰਡ ਹੈ ਤੇ ਕਾਕਾ ਕਾਕਾ ਲੋਕੀ ਕਹਿੰਦੇ ਹੈ। ਲਓ ਕਹਿੰਦੇ ਜੱਗੀ ਵਾਪਸ ਆ ਗਿਆ। ਉਧਰ ਕਹਿੰਦੇ ਸਾਡੇ ਵੀਰ ਰਵੀ ਆਸਟ੍ਰੇਲੀਆ, ਸੀਪਾ ਆਸਟ੍ਰੇਲੀਆ, ਮਨਦੀਪ ਆਸਟ੍ਰੇਲੀਆ ਤੇ ਬੇਅੰਤ ਵੱਲੋਂ 2100 ਰੁਪਏ ਪੈਣਗੀਆਂ ਤਿੰਨ ਕੌਡੀਆਂ ਤੇ ਲਵੂ ਦੇ ਜਫੇ ਦਾ 500 ਦੇ ਦਿੱਤਾ ਗਿਆ। ਤੇ ਉਧਰ ਕਹਿੰਦੇ ਨਛੱਤਰ ਸਿੰਘ ਜੀ ਅਮਰੀਕਾ ਵਾਲੇ ਕਹਿੰਦੇ ਜਿੰਨੇ ਜਫੇ ਲੱਗਣਗੇ ਤੇ ਵੱਡੇ ਸਤਿਕਾਰ ਹੋਣਗੇ। ਚੱਲ ਧਨੌਰੀ, ਚੱਲ ਧਨੌਰੀ, ਚੱਲ ਧਨੌਰੀ, ਰਵੀ ਆਸਟ੍ਰੇਲੀਆ, ਸੀਪਾ ਆਸਟ੍ਰੇਲੀਆ, ਮਨਦੀਪ ਆਸਟ੍ਰੇਲੀਆ ਵੱਲੋਂ ਬਿੱਲੂ ਸਪੇਨ, ਜੱਸਾ ਆਸਟ੍ਰੇਲੀਆ, ਗਿੰਦੀ ਆਸਟ੍ਰੇਲੀਆ, ਗੁਰਮੀਤ ਆਸਟ੍ਰੇਲੀਆ, ਬਿੱਲੂ ਕਕਰਾਲਾ ਉਹਨਾਂ ਵੱਲੋਂ 500। ਉਧਰ ਸ਼ੇਰੂ ਦੇ ਲਈ ਗੁਰਜਿੰਦਰ ਕੈਨੇਡਾ, ਗਿੰਦੀ ਕੈਨੇਡਾ ਤੇ ਨਾਲ ਕਹਿੰਦੇ ਗਿੰਦੀ ਆਸਟ੍ਰੇਲੀਆ ਉਹਨਾਂ ਵੱਲੋਂ ਵੱਡੇ ਸਤਿਕਾਰ ਨੇ ਭਗਵਾਨ ਸਿੰਘ ਜੀ, ਪਰ ਜਫੇ ਦੇ ਉੱਤੇ ਦੇੜ ਕੇ ਕਹਿੰਦੇ 500 ਜਿੰਨੇ ਕਕਰਾਲੇ ਵਾਲੇ ਜਫੇ ਲਾਉਣਗੇ। ਦੋ ਪੈ ਗਈਆਂ, ਇੱਕ ਰਹਿ ਗਈ। ਐਨ ਕਹਿੰਦੇ ਜਫਾ ਲਾਤਾ ਕਸ਼ਮੀਰੀਆਂ ਨੇ, ਕਰਤਾ ਕੋਈ ਗੱਲ ਨੀ ਪਿਆਰ ਨਾਲ। ਅਗਲੇ ਮੈਚ ਦੀਆਂ ਟੀਮਾਂ ਵਜਨੀ ਕਬੱਡੀ ਦੀਆਂ ਟੀਮਾਂ ਜਲਦੀ ਆ ਜਾਣ, ਵਜਨੀ ਕਬੱਡੀ ਦੀਆਂ ਟੀਮਾਂ। ਸੀਪੇ 2100 ਫੜ ਲਓ, ਜਫਾ ਲੱਗ ਗਿਆ ਸੀਪਿਆ, ਆ ਭੇਜੀ ਪਲੇਅਰ ਪਹਿਲਾਂ ਪੈਸੇ ਲੈ ਜਾਓ, ਜਫਾ ਲੱਗ ਚੁੱਕਿਆ। 2100 ਕਪਿਆਲ ਵਾਲਿਓ ਭੇਜ ਦਿਓ ਕਿਰਾ, 2100 ਫੜ ਕੇ ਲੈ ਜਾਓ। ਸੀਪੇ ਨੇ ਕਹਿੰਦੇ ਸੰਦੀਪ ਨੇ ਜਫਾ ਲਾਤਾ ਹੈ, ਓਕੇ ਆ ਹੈ। ਕਸ਼ਮੀਰੇ ਨੇ ਕਰਤਾ ਫੈਸਲਾ ਵੀ ਨੰਬਰ ਜਾਫੀ ਦਾ ਹੈ, ਥੋੜਾ ਡਿਕਲੇਅਰ ਕਰ ਲਈਏ ਵੀ ਕਲੀਅਰ ਆ ਕਸ਼ਮੀਰਿਆ, ਇਸ਼ਾਰਾ ਦੁਬਾਰਾ ਕਰਦੇ ਵੀ ਨੰਬਰ ਜਾਫੀ ਦਾ। ਰੈਫਰੀ ਦਾ ਫੈਸਲਾ ਕਹਿੰਦੇ ਅਟਲ ਹੋਵੇਗਾ। ਮੇਰੀ ਬੇਨਤੀ ਪੈਣ ਦੇ ਫਾਈਨਲ ਦੀਆਂ ਦੋਨੋਂ ਟੀਮਾਂ ਆ ਜਾਣ, ਪੈਣ ਦੇ ਫਾਈਨਲ ਦੀਆਂ ਟੀਮਾਂ। ਉਧਰ ਬਾਪੂ ਪ੍ਰੀਤਮ ਸਿੰਘ ਜੀ ਪਹਿਲਵਾਨ ਬੈਠੇ ਆ, ਜਿਨ੍ਹਾਂ ਦੇ ਦੋ ਪੁੱਤ ਕਬੱਡੀ ਦੇ ਸਟਾਰ ਨੇ, ਆਪ ਵੀ 37 ਸਾਲ ਖੋਸੇ ਕੋਟਲੇ ਵਾਲਿਆ, ਦੁਨੀਆਂ ਚ ਤਹਿਲਕਾ ਮਚਾਇਆ, ਗੱਲਾਂ ਕਰਵਾਈਆਂ ਨੇ। ਜਾਫੀ ਦਾ ਜੀ 500 ਦੇ ਦਿਓ, 2100। ਇੱਕ ਚਾਬੀ ਆਈ ਸੀ ਇੱਥੇ ਦੇ ਦਿਓ, ਫਿੱਡੂ ਕਿੱਧਰ ਗਏ ਗਰਾਊਂਡ ਚ, ਚਾਬੀ ਉਹ ਇੱਥੇ ਪਈ ਆ, ਕਰੀਏ ਫੈਸਲਾ ਜਲਦੀ ਆਪਾਂ। ਜੱਸਾ, ਗਿੰਨੀ, ਗੁੱਲੂ, ਗੁਰਮੀਤ ਆਸਟ੍ਰੇਲੀਆ ਵਾਲੇ ਇਹ ਭਰਾਵਾਂ ਵੱਲੋਂ ਕਹਿੰਦੇ ਸੋਚੇ ਦੀਆਂ ਅਗਲੀਆਂ 3 ਕੌਡੀਆਂ ਪੈਣਗੀਆਂ 1100 ਦੀਆਂ, 3 ਕੌਡੀਆਂ 1100 ਦੀਆਂ ਪੈਣਗੀਆਂ। ਜੱਸਾ ਆਸਟ੍ਰੇਲੀਆ, ਗਿੰਦੀ ਆਸਟ੍ਰੇਲੀਆ, ਗੁਰਮੀਤ ਆਸਟ੍ਰੇਲੀਆ ਤੇ ਗੁੱਲੂ ਕਕਰਾਲਾ ਸਾਡਾ ਯਾਰ, ਅਗਲੀਆਂ 3 ਕੌਡੀਆਂ ਹੋਣਗੀਆਂ ਉਹ ਕਹਿੰਦੇ 1100 ਦੀਆਂ ਹੋਣਗੀਆਂ ਸੋਚੇ ਦੀਆਂ।
ਨਛੱਤਰ ਸਿੰਘ ਜੀ ਅਮਰੀਕਾ ਵਾਲੇ ਕਹਿੰਦੇ ਵੀ 61,000 ਵੀ ਦੇਣਾ, ਨਛੱਤਰ ਸਿੰਘ ਜੀ ਸਰਾਂ ਸਾਹਿਬ ਅਮਰੀਕਾ ਵਾਲੇ ਵੀ 61,000 ਵੀ ਦੇਣਾ ਮਹਿਲਾ ਚੌਕ ਵਾਲਿਆ, ਤੇ 41,000 ਵੀ ਅੱਜ ਦਿੱਤਾ ਜਾਣਾ ਵੀ ਹਰਪ੍ਰੀਤ ਦੀ ਯਾਦ ਦੇ ਵਿੱਚ। ਕਹਿੰਦੇ ਸਾਡੇ ਭਰਾਵਾਂ ਵੱਲੋਂ ਭਜਨ ਬਾਈ ਹੁਣੀ ਬੈਠੇ ਆ, ਅਮਰੀਕ ਸਿੰਘ ਜੀ ਸਰਾਂ ਬੈਠੇ ਆ ਵੀ ਐਨ ਵੱਡੇ ਮਾਨ ਸਨਮਾਨ ਕਰੇ ਜਾਣੇ ਆ। ਜਿੰਨੇ ਚਫੇ ਕਿ ਕਰਾਲੇ ਦੀ ਟੀਮ ਲਾਵੇਗੀ ਉਹਨੇ ਮਾਨ ਸਨਮਾਨ ਕੀਤੇ ਜਾਣਗੇ। ਡਾਕਟਰ ਗੁਰਪਿਆਰ ਸਿਆ ਗੱਲਾਂ ਟਿਕਾਣੇ, ਐਨ ਸਿਰੇ ਧਰਮਿੰਦਰ ਸਿਆ ਲੱਗੀਆਂ ਪਈਆਂ ਨੇ, ਫੈਸਲੇ ਜਲਦੀ ਨਾ ਹੋਣਗੇ। ਅੰਪਾਇਰ ਦਾ ਫੈਸਲਾ ਸਾਡੇ ਪ੍ਰਬੰਧਕ ਆਖਦੇ ਆ ਵੀ ਜੋ ਡਿਸੀਜਨ ਆ ਉਹ ਫਾਈਨਲ ਆ, ਉਹਨੂੰ ਮੰਨੀਏ, ਕਿਉਂਕਿ ਅੰਪਾਇਰ ਕੋਈ ਜਾਣ ਬੁੱਝ ਕੇ ਨਹੀਂ ਗਲਤੀ ਕਰਦਾ, ਜੇ ਗਲਤੀ ਹੋ ਵੀ ਜਾਂਦੀ ਹੈ ਥੋੜ੍ਹਾ ਘੂਰ ਦਿੰਦਾ, ਪਰ ਜਿਹੜਾ ਫੈਸਲਾ ਹੈ ਪ੍ਰਬੰਧਕ ਕਹਿੰਦੇ ਅੰਪਾਇਰ ਦਾ, ਕਿਉਂਕਿ ਇਹਨਾਂ ਨੇ ਆਪ ਬਹੁਤ ਤਕੜੀ ਕਬੱਡੀ ਖੇਡੀ ਆ ਇਹਨਾਂ ਖੇਡ ਮੈਦਾਨਾਂ ਦੇ ਵਿੱਚ। ਗੁਰਮੀਤ ਆਸਟ੍ਰੇਲੀਆ ਉਹਨਾਂ ਵੱਲੋਂ ਵੱਡਾ ਸਤਿਕਾਰ ਜਿਹੜਾ ਇਹਨਾਂ ਬੋਲਾਂ ਦੇ ਲਈ ਹੋਰ ਪੌਦਾ ਕੀਤਾ ਗਿਆ। 65 ਦੇ ਫਾਈਨਲ ਦੀਆਂ ਟੀਮਾਂ ਆ ਜਾਣ ਵੀ 65 ਦੇ ਫਾਈਨਲ ਦੀਆਂ ਟੀਮਾਂ ਸ਼ੁਰੂ ਕਰੀਏ ਆਪਾਂ, ਕੋਈ ਗੱਲ ਨਹੀਂ, ਇਹ ਤੇ ਰੌਲਾ ਤੇ ਵੱਧਦਾ ਹੀ ਜਾਣਾ ਹੈ, ਕਿਉਂਕਿ ਪਿਆਰ ਬਣਾਉਣਾ ਹੀ ਔਖਾ ਹੁੰਦਾ, ਰੌਲੇ ਦਾ ਕੀ ਹੈ, ਰੌਲਾ ਤਾਂ ਵੱਧ ਜਾਣਾ ਹੈ। ਇਹਨੂੰ ਟਕਾ ਲਓ, ਵਧੀਆ ਗੱਲ ਹੈ। ਬਾਕੀ ਇੰਡੀਆ ਤੁਹਾਨੂੰ ਪਤਾ ਹੀ ਹੈ, ਸਿੱਧਾ ਕੰਮ ਕਰਨ ਨੂੰ ਟਾਈਮ ਲੱਗਦਾ, ਪੁੱਠਾ ਕੰਮ ਕਰਨ ਨੂੰ ਬਹਿੰਦੇ ਹੀ ਚੱਲ ਪੈਂਦਾ। ਕੱਲੂ ਕਕਰਾਲਾ ਗਿੰਦੀ ਆਸਟ੍ਰੇਲੀਆ, ਗੁਰਮੀਤ ਆਸਟ੍ਰੇਲੀਆ ਤੇ ਜੱਸਾ ਆਸਟ੍ਰੇਲੀਆ, ਕਹਿੰਦੇ ਜਿੰਨੇ ਜਫੇ ਕਕਰਾਲੇ ਵਾਲੇ ਲਾਉਣਗੇ ਨੰਬਰਦਾਰਾ ਉਹਨੇ 5 5 5 5 100 ਦੇ ਨੋਟ ਵੰਡੇ ਜਾਣੇ ਆ। ਬੱਪੂ ਦੀ ਇੱਕ ਕਬੱਡੀ ਤੇ ਰਵੀ ਆਸਟ੍ਰੇਲੀਆ, ਸੀਪਾ ਆਸਟ੍ਰੇਲੀਆ, ਮਨਦੀਪ ਆਸਟ੍ਰੇਲੀਆ ਤੇ ਗੁਰਮੀਤ ਆਸਟ੍ਰੇਲੀਆ ਵੱਲੋਂ ਕਹਿੰਦੇ 500 ਹੋਣਾ ਕਕਰਾਲੇ ਦੇ। ਕਹਿੰਦੇ ਚਾਹੀ ਜਿੰਨੇ ਜਫੇ ਲਾਉਣਗੇ ਉਹਨੇ, ਨਛੱਤਰ ਸਿੰਘ ਜੀ ਸਾਡੇ ਅਮਰੀਕਾ ਵਾਲੇ ਉੱਕੇ ਸਮਾਜ ਸੇਵੀ ਨੇ, ਐਨ ਪਿੰਡ ਦੇ ਵਿੱਚ ਕੋਈ ਵੀ ਕਹਿੰਦੇ ਲੋਕ ਭਲਾਈ ਦਾ ਕੰਮ ਹੋਵੇ ਨਾ ਤੇ ਵੱਡੇ ਯੋਗਦਾਨ ਪਾਉਂਦੇ ਆ, ਤੇ ਗੱਲਾਂ ਹੁੰਦੀਆਂ ਨਛੱਤਰ ਸਿੰਘ ਜੀ ਸਰਾਂ ਅਮਰੀਕਾ ਵਾਲੇ ਦੀਆਂ, ਕਹਿੰਦੇ ਦੁਨੀਆਂ ਦੁਨੀਆਂ ਦੇ ਵਿੱਚ ਵੱਡਾ ਨਾਂ ਪੈਦਾ ਕਰਤਾ। ਕੁਲਦੀਪ ਬਾਈ ਕੀ ਫੈਸਲਾ ਹੋਇਆ ਹੁਣ, ਪੁਆਇੰਟ ਹੋਲਡ ਕਰ ਲਓ ਜੀ, ਪੁਆਇੰਟ ਪ੍ਰਬੰਧ ਕਹਿੰਦੇ ਹੋਲਡ ਕੀਤਾ ਜਾਵੇਗਾ। ਹੋ ਗਿਆ ਫੈਸਲਾ, ਬਸ ਪਾਸੇ ਹੋ ਜਾਓ, ਪਾਸੇ ਹੋ ਜਾਓ। ਸਰਪੰਚ ਸਾਹਿਬ ਕੁਲਦੀਪ ਪੰਚ ਸਿਆ ਸਾਈਡ ਤੇ ਕਹਿੰਦੇ ਹੋ ਜਾਓ ਵੀ ਫੈਸਲਾ ਹੋ ਗਿਆ, ਨੰਬਰ ਜਾਫੀ ਦਾ ਵੱਡੀ ਰੇਡ ਕਹਿੰਦੇ ਕਪਿਆਲ ਵਾਲੇ ਵੱਡੇ ਮੱਲ ਦੀ ਗੱਲੂ ਕਕਰਾਲਾ ਜੱਸਾ ਸਾਡਾ ਆਸਟ੍ਰੇਲੀਆ ਵਾਲਾ ਵੀਰ ਗਿੰਦੀ ਆਸਟ੍ਰੇਲੀਆ ਤੇ ਗੁਰਮੀਤ ਆਸਟ੍ਰੇਲੀਆ ਵਾਲੇ ਪੱਟੇ ਨਾਲ ਇਹਨਾਂ ਬੋਲਾਂ ਦੇ ਪੁੱਜੇ ਹੈ। ਗੱਲੂ ਸਾਡਾ ਵੀਰ ਸੱਚੇ ਵੀ ਰੇਡਾਂ ਦੇ ਕਹਿੰਦੇ ਵੱਡੇ ਮਾਣ ਦਿੱਤੇ ਜਾਣਗੇ। ਉਧਰ ਜੱਜੀ ਦੀ ਰੇਡ ਗੁਰਤੇਜ ਵੀਰੇ ਵੱਲੋਂ ਹੈ ਵੀ ਬੇਲੜੇ ਵਾਲਾ ਕਹਿੰਦੇ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਗੁਰਤੇਜ ਵੀਰੇ ਦੇ ਸਹੁਰੇ ਦਾ ਪਿੰਡ ਹੈ ਬੇਲੜਾ, ਅੱਜ ਜੈਲੀ ਵੀ ਆਇਆ ਸੀਗਾ, ਇਧਰ ਕਹਿੰਦੇ ਕਬੱਡੀ ਪਾ ਰਹੀ ਜਾਫੀ ਚਾਰ ਲਓ ਬੇਲੜੇ ਵਾਲੇ ਵੀਰੇ ਬੇਲੜੇ ਵਾਲਾ ਕਹਿੰਦੇ ਪੁੱਠੇ ਕੰਮਾਂ ਨੂੰ ਖੇਰ ਹੈ ਤਿੰਨ ਕੌਡੀਆਂ ਪੈਣਗੀਆਂ ਬੱਬੂ ਦੀਆਂ ਤਿੰਨ ਕੌਡੀਆਂ ਦੇ ਉੱਤੇ, ਰਵੀ ਆਸਟ੍ਰੇਲੀਆ, ਸੀਪਾ ਆਸਟ੍ਰੇਲੀਆ, ਮਨਦੀਪ ਆਸਟ੍ਰੇਲੀਆ, ਰਾਮ ਸਿੰਘ ਦੀ ASI ਤੇ ਬੇਅੰਤ ਸਿੰਘ 1000 ਦੀ ਪਹਿਲੀ ਕੌਡੀ 65 ਦੀਆਂ ਫਾਈਨਲ ਦੀਆਂ ਟੀਮਾਂ ਕਨੇਡੀ ਵਾਲਿਆ ਪਹਿਲੀ ਬੋਲਤਾ ਵੀ 65 ਦਾ ਫਾਈਨਲ ਆ, ਟੀਮਾਂ ਆ ਜਾਣਗੀਆਂ 1100 ਦੀ ਕਬੱਡੀ। ਬੱਬੂ ਦੀ ਕਬੱਡੀ ਪੈ ਰਹੀ ਹੈ ਕਿ ਐਵੇਂ ਰੌਲਾ ਪੈ ਗਿਆ, ਪਹਿਲਾਂ ਰੇਡ ਤੇ ਰੌਲਾ ਪਿਆ, ਹੁਣ ਬੱਬੂ ਦੀ ਕੌਡੀ ਪਈ ਦੇ ਸਾਹਮਣੇ, ਬੱਬੂ ਦੇ ਬੱਬੂ ਹੀ ਹੈ ਲਸਾੜੇ ਵਾਲਾ ਗੁਰਮਾ ਵਾਲੇ ਕਹਿੰਦੇ ਭਾਊ ਨੇ ਟਰਾਈ ਕੀਤੀ ਹੈ, ਪਰ ਅੰਕ ਰੇਡਰ ਦਾ ਵਿੱਕੀ ਕਹਿੰਦੇ ਤੇਜ਼ ਹੈ
ਬੜਾ ਸ਼ਾਰਪ ਹੈ ਜਿਹਨੇ ਵੱਧ ਕੇ ਕਬੱਡੀ ਪਾਈ ਹੈ। ਲਓ ਸਾਹਮਣੇ ਅੰਕ ਇਸ ਵੇਲੇ ਉਧਰ ਘੁਕਰੇ ਨੇ ਟਰਾਈ ਕੀਤੀ ਹੈ, ਬੱਗਾ ਵੀ ਮਨ ਲੈ ਕਬੱਡੀ ਦਾ ਤੇ ਘੁਕਰੇ ਹੋਣੀ ਕਹਿੰਦੇ ਜਿੰਦ ਜਾਨ। ਜੱਗੀ ਢਿੱਲੋਂ ਗੁਰਤੇਜ ਵੱਲੋਂ ਵੱਡੇ ਮਾਣ ਦਿੱਤੇ ਜਾਣਗੇ, ਇਹਦੀ ਰੇਡ ਤੇ ਲੜੀ ਜਸ਼ਨ ਕਰ ਰਹੀ ਗੱਲ। ਉਧਰ ਜੱਗੀ ਢਿੱਲੋਂ ਪਾਉਂਦਾ ਕਬੱਡੀ ਦੂਸਰੇ ਬੰਨੇ ਤੇਤਨਾ ਵਾਲਾ ਘੁਕਰੇ ਦੇ ਜਫੇ ਤੇ ਕਿਹਦੇ ਵੱਲੋਂ ਸੁੱਧੇ ਵਾਲੀਆ ਰਾਜੂ ਕਹਿੰਦਾ ਘੁਕਰਾ ਜਫਾ ਲਾਵੇ ਤੇ 300 ਆਉਣਾ। ਵੱਡੇ ਮਾਣ ਲਓ ਸੁੱਚੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ, ਸੁੱਚਾ ਕਹਿੰਦੇ ਕਪਿਆਲ ਵਾਲਾ ਰੇਡ ਪਾ ਰਿਹਾ ਵੇ ਜਾਫੀ ਚਾਰ ਸ਼ੇਰੂ ਹੈ ਧਨੌਰੀ ਵਾਲਿਆ, ਉਹ ਗੱਲ ਨਾ ਹੋ ਜੇ ਜਿਹਦਾ ਡਰ ਹੈ ਲੋਕਾਂ ਤੋਂ, ਉਹ ਗੱਲ ਨਾ ਹੋ ਜੇ ਕਿਉਂਕਿ ਧਨੌਰੀ ਵਾਲਾ ਆਇਆ ਹੈ ਤੇ ਕਿਸੇ ਗੱਲ ਨੂੰ ਹੀ ਆਇਆ ਪੁਆਇੰਟਾਂ ਦੇ ਮਗਰ, ਕਹਿੰਦੇ ਪੁਆਇੰਟ ਤੁਰੇ ਆਉਂਦੇ ਆ ਕੋਈ ਜ਼ਿਆਦਾ ਫਰਕ ਨਹੀਂ। ਨਸਾੜੇ ਵਾਲਿਆ ਕਬੱਡੀ ਐਨ ਟਕਾ ਕੇ ਪਾਉਣੀ ਪੈਣੀ ਹੈ, ਇੱਕ ਪਾਸੇ ਪਿੰਡ ਹੈ ਦੂਜੇ ਪਾਸੇ ਮਹਿਮਾਨ ਟੀਮ ਹੈ, ਐਨ ਕਹਿੰਦੇ ਮਿੱਤਰਾਂ ਚ ਤੂੰ ਤੂੰ ਨਾ ਨਾ ਹੋ ਰਹੀ ਹੈ। ਗੁਰਮਾ ਵਾਲਿਆ ਉੱਧਰ ਕਹਿੰਦੇ ਟੱਚ ਡਬਲ ਹੋ ਗਿਆ, ਟੱਚ ਡਬਲ ਹੋ ਗਿਆ ਤੇ ਮੰਨਣਾ ਪੈਣਾ ਹੈ। ਕਲੀ ਪਾ ਦੋ ਭਰਾ ਜਿਹਨਾਂ ਦੀ ਡਿਊਟੀ ਹੈ, ਡੰਡਾ ਹੀ ਮਾਰ ਦੋ ਹੁਣ ਤਾਂ ਡਾਂਗ ਫੇਰ ਦੋ। ਬੱਬੂ ਮਿਰਚਾ ਤੇ ਕਿੰਦੀ ਉਹਨਾਂ ਵੱਲੋਂ ਜੇ ਬੱਗਾ ਜੱਫਾ ਲਾਵੇਗਾ ਤੇ 500 ਦਿੱਤਾ ਜਾਵੇਗਾ। ਸਾਹਮਣੇ ਵਿੱਕੀ ਦੀ ਰੇਡ ਹਵਾ ਹਵਾਈ ਹੈ, ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਵਿੱਕੀ ਦੇ ਸ਼ੇਰੂ ਇੱਥੇ ਰੱਖ। ਸ਼ੇਰੂ ਹੁਣ ਗੁੱਸਾ ਆਇਆ ਹੋਣਾ, ਕਹਿੰਦੇ ਬੈਠਾ ਦੁੱਧ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੂਗਾ, ਜਦੋਂ ਬਿੱਲਾ ਦੁੱਧ ਪੀਂਦਾ ਨਾ ਉਦੋਂ ਗੁੱਸਾ ਨਹੀਂ ਆਉਂਦਾ, ਜਦੋਂ ਦੁੱਧ ਪੀ ਕੇ ਮੁੱਛਾਂ ਤੇ ਹੱਥ ਮਾਰਦਾ ਫਿਰ ਕੀ ਕਰਦਾ ਤੇ ਗੋਲੀ ਮਾਰ ਦਈਏ। ਇੱਧਰ ਕਹਿੰਦੇ ਕਬੱਡੀ ਜੱਗੀ ਆ ਜੱਗੀ ਆ, 1000 ਦੀਪੀ ਜੀ ਗੌਡੀ ਆ ਸਾਡੇ ਵੀਰ ਗੱਲੂ ਕਗਰਾਲਾ ਗਿੱਦੀ ਆਸਟ੍ਰੇਲੀਆ ਗੁਰਮੀਤ ਆਸਟ੍ਰੇਲੀਆ ਤੇ ਜੱਸੇ ਆਸਟ੍ਰੇਲੀਆ ਵੱਲੋਂ ਆ। 1000 ਦੀ ਲਾਸਟ ਕੌਡੀ ਆ, ਘੁਕਰੇ ਨੇ ਕਹਿੰਦੇ 1000 575 ਸੀ ਜੀ ਅਮਰੀਕਾ ਵਾਲੇ, 1500 ਬੰਦ ਕਰਤੇ। ਦੇਖੋ ਬਿੱਲੂ ਸਪੇਨ ਵੱਲੋਂ 200, ਰਿੰਕੇ ਤੇ ਰਾਜੂ ਵੱਲੋਂ ਬਈ ਗਰਾਊਂਡ ਚ ਨਹੀਂ ਜਾਣਾ ਕਿਸੇ ਨੇ ਵੀ, ਗਰਾਊਂਡ ਚ ਨਹੀਂ ਪੈਸੇ। ਬਿੱਲੂ ਸਪੇਨ ਵੱਲੋਂ 200 ਰੁਪਿਆ, 500 ਰਵੀ ਆਸਟ੍ਰੇਲੀਆ, ਸੀਪਾ ਆਸਟ੍ਰੇਲੀਆ, ਮਨਦੀਪ ਆਸਟ੍ਰੇਲੀਆ ਤੇ ਗੁਰਜੀਤ ਆਸਟ੍ਰੇਲੀਆ ਵੱਲੋਂ ਆ। ਹੋਰ ਜਫਾ ਲਓ 200 ਹੋਰ ਦੇਵਾਂਗੇ ਘੁਕਰੇ ਆ। ਸਮਾਪਤ ਤੇ ਟੀਮ ਫਾਈਨਲ ਚ ਪੁੱਜ ਗਈ, ਫਾਈਨਲ ਚ ਪੁੱਜ ਗਈ ਉਹ ਤਾੜੀ